ਸ਼੍ਰੀਕਾਲ ਜੀ, ਮੇਰੀ ਬੇਨਤੀ ਹੈ ਸਾਰੇ ਜ਼ਿਲ੍ਹਾ ਪ੍ਰਧਾਨ ਸਾਹਿਬਾਨਾਂ ਨੂੰ, ਸਾਰੇ ਹਲਕਾ ਇੰਚਾਰਜ ਸਾਹਿਬਾਨਾਂ ਨੂੰ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੀਟਿੰਗ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਰੱਖੀ ਗਈ ਹੈ, ਕਿਰਪਾ ਕਰਕੇ ਜੋ ਲੋਕ ਧਰਤੀ ਤੇ ਸੋਚਦੇ ਆ, ਜੋ ਤੁਸੀਂ ਦਿਲੋਂ ਸੋਚਦੇ ਹੋ, ਕਿਹੜੇ ਕਾਰਨਾਂ ਕਰਕੇ ਪਾਰਟੀ ਡਿੱਗੀ ਹੈ ਤੇ ਕਿਹੜੇ ਤਰੀਕੇ ਵਰਤ ਕੇ ਪਾਰਟੀ ਉੱਠ ਸਕਦੀ ਹੈ, ਮੀਟਿੰਗ ਚ ਜ਼ਰੂਰ ਬੋਲਿਓ। ਇਹ ਮੇਰੀ ਤੁਹਾਨੂੰ ਹੱਥ ਬੰਨ ਕੇ ਗੁਜ਼ਾਰਿਸ਼ ਹੈ, ਬੇਨਤੀ ਹੈ। ਔਰ ਮੈਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵੋਟਰਾਂ ਨੂੰ, ਵਰਕਰਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਆਪਣੇ ਹਲਕਾ ਇੰਚਾਰਜ ਨੂੰ, ਆਪਣੇ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬਾਨ ਨੂੰ ਫੋਨ ਕਰੋ, ਮੈਸੇਜ ਭੇਜੋ ਕਿ ਜੋ ਧਰਤੀ ਦੀ ਗਰਾਊਂਡ ਦੀ ਸਥਿਤੀ ਹੈ ਉਹਦੇ ਬਾਰੇ ਜਾ ਕੇ ਜਿਹੜਾ ਹੈਗਾ ਜ਼ਰੂਰ ਮੀਟਿੰਗ ਦੇ ਵਿੱਚ ਗੱਲ ਕਰਨ ਤੇ ਉਸ ਸੋਚ ਦੇ ਮੁਤਾਬਕ, ਲੋਕਾਂ ਦੀ ਮੰਗ ਦੇ ਮੁਤਾਬਕ ਪਾਰਟੀ 'ਚ ਜੋ ਲੋੜੀਂਦੀਆਂ ਤਬਦੀਲੀਆਂ ਉਹ ਤੁਰੰਤ ਕੀਤੀਆਂ ਜਾਣ। ਮੈਂ ਤੁਹਾਨੂੰ ਇਹ ਵੀ ਯਾਦ ਕਰਾ ਦਿਆਂ ਕਿ ਪਹਿਲਾਂ ਵੀ ਮੀਟਿੰਗਾਂ ਹੋਈਆਂ, ਪਹਿਲਾਂ ਵੀ ਤੁਸੀਂ ਬੜੀਆਂ ਆਵਾਜ਼ਾਂ ਉਠਾਈਆਂ, ਨਾ ਤਾਂ ਕਿਤੇ ਉਹ ਲਿਖੀਆਂ ਜਾਂਦੀਆਂ ਤੇ ਨਾ ਉਹ ਕਿਸੇ ਕਾਰਵਾਈ ਰਜਿਸਟਰ 'ਚ ਆਉਂਦੀਆਂ ਤੇ ਨਾ ਉਹ ਪੂਰੀਆਂ ਕੀਤੀਆਂ ਜਾਂਦੀਆਂ। ਇਸ ਕਰਕੇ ਆਖਰੀ ਮੌਕਾ ਹੈ, ਕਿਰਪਾ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਾਰਟੀ ਨੂੰ ਬਚਾ ਲਓ, ਤਕੜੇ ਹੋ ਕੇ ਪਾਰਟੀ ਦੇ ਵਿੱਚ ਜੋ ਸੁਧਾਰ ਕਰਨ ਵਾਲੇ ਆ ਸਹੀ ਤੌਰ ਤੇ, ਜਿਹੜੇ ਮੈਨੂੰ ਇਕੱਲੇ ਨੂੰ ਫੋਨ ਕਰਕੇ ਕਹਿੰਦੇ ਹੋ ਜਾਂ ਗਲੀ 'ਚ ਤੁਰਿਆ ਜਾਂਦਾ ਤੁਹਾਨੂੰ ਵੋਟਰ ਤੇ ਵਰਕਰ ਹਰੇਕ ਕਹਿੰਦਾ ਕਿ ਕਿਹੜੀਆਂ ਕਿਹੜੀਆਂ ਤਬਦੀਲੀਆਂ ਪਾਰਟੀ 'ਚ ਲਿਆਓ, ਉਹ ਅੱਜ ਕਿਰਪਾ ਕਰਕੇ ਮੈਨੂੰ ਉਮੀਦ ਹੈ ਕਿ ਹਰੇਕ ਜਿਹੜਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦਾ ਹੈ ਤਾਂ ਉਹ ਹਰ ਹਾਲਤ ਦੇ ਵਿੱਚ ਉਹ ਗੱਲ ਚੁੱਕੇ, ਇਕੱਲੇ ਹਲਕਾ ਇੰਚਾਰਜ ਰਹਿ ਕੇ, ਇਕੱਲੇ ਜ਼ਿਲ੍ਹਾ ਜਥੇਦਾਰ ਦਾ ਨਾਲ ਲਵਾ ਕੇ ਅਸੀਂ ਵੱਡੇ ਨਹੀਂ ਹੋ ਜਾਣਾ। ਜਿੰਨਾ ਚਿਰ ਵੋਟ ਨਹੀਂ ਸਾਡੇ ਨਾਲ ਜੁੜਦਾ, ਜਿੰਨਾ ਚਿਰ ਪੰਜਾਬ ਦੇ ਲੋਕ ਨਹੀਂ ਜੁੜਦੇ, ਜਿੰਨਾ ਚਿਰ ਪੰਜਾਬ ਦੇ ਮੁੱਦੇ ਨਹੀਂ ਅਸੀਂ ਉਠਾ ਸਕਦੇ, ਚੱਕ ਸਕਦੇ, ਤੇ ਸਾਨੂੰ ਮੇਰਾ ਖਿਆਲ ਹੈ ਕਿ ਉਹਨਾਂ ਚਿਰ ਕੋਈ ਬਹੁਤਾ ਫਾਇਦਾ ਨਹੀਂ ਹੋਣਾ। ਸੋ ਸਾਰਿਆਂ ਨੂੰ ਆਖਰੀ ਵਾਰੀ ਇੱਕ ਵਾਰੀ ਫਿਰ ਬੇਨਤੀ ਹੈ, ਸਾਨੂੰ ਤਾਂ ਕਈ ਬੰਦਿਆਂ ਨੂੰ ਸੱਦਿਆ ਨਹੀਂ ਗਿਆ ਕਿਉਂਕਿ ਪਤਾ ਸੀ ਵੀ ਇਹ ਬੰਦੇ ਬੋਲ ਸਕਦੇ ਆ, ਕਹਿ ਸਕਦੇ ਆ, ਸਾਨੂੰ ਨਹੀਂ ਸੱਦਿਆ ਗਿਆ। ਪਰ ਚਲੋ, ਜਿਨ੍ਹਾਂ ਨੂੰ ਸੱਦਿਆ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਤਕੜੇ ਹੋ ਕੇ ਪੰਜਾਬ ਦਾ ਪੱਖ ਪੂਰਿਓ, ਸ਼੍ਰੋਮਣੀ ਅਕਾਲੀ ਦਲ ਦਾ ਪੱਖ ਪੂਰਿਓ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ।